हेलो सत श्री अकाल जी। जिवें कि तुहानू पता ही है कि कल सी साडी हैप्पी वाली मैरिज एनिवर्सरी, ते अज करन लगे अहीं गिफ्ट बॉक्सिंग। मैनू अपने गिफ्ट च नहीं पता चल रहा कि की हो सकदा आ। गैस करो, गैस करो। कप सेट पता नहीं, अगे जाके पता चल जा। क्लॉक कोई होर ऑप्शन, कप सेट या क्लॉक, चलो देखदे आ किहदा गैस हुंदा। मैनू पता लग गया कि मेरे इहदे विच की है गिफ्ट विच। इहदे च पक्का परफ्यूम है ना, अनबॉक्सिंग करके। पर उस तो फोटो फ्रेम, चलो ठीक है, तीन गैस हो गए तो है ना। हां जी, ते ए, पहला तुसी चार बना के लियाओ ਤਾਂ ਫਿਰ ਉਸ ਤੋਂ ਬਾਅਦ, ਕਿਉਂਕਿ ਅੱਜ ਚੱਲਦਾ ਪਿਆ ਮੈਚ ਇੰਡੀਆ ਪਾਕਿਸਤਾਨ ਦਾ, ਟਾਈਮ ਤੁਸੀਂ ਗਲਤ ਸਿਲੈਕਟ ਕੀਤਾ ਆ। ਪਹਿਲਾਂ ਕਰ ਲੈਂਦੇ, ਪਹਿਲਾਂ ਚਾਹ ਬਣਾ ਕੇ ਲਿਆਓ, ਫਿਰ ਕਰਦੇ ਅਨਬਾਕਸਿੰਗ। ਚਲੋ ਫਿਰ ਮੈਂ ਚੱਲਦੀ ਹਾਂ ਹੁਣ ਚਾਹ ਬਣਾਉਣ। ਮਿੱਠਾ ਪੱਤੀ ਚਾਹ ਬਣਾ ਕੇ ਤੇ ਫਿਰ ਅੱਖਾਂ ਖੋਲਣ ਵਾਲੀ ਚਾਹ। ਓਕੇ ਚਲੋ ਫਿਰ। ਲਓ ਜੀ, ਹੁਣ ਆ ਗਈ ਹੈ ਚਾਹ ਦੀ ਫਰਮਾਇਸ਼। ਇਹ ਹੁਣ ਚਾਹ फाइनली चाह हो गई है साड़ी रेडी, ते असी हुण चलदे आ अंदर। मनदीप चाह बन गई। हाँ जी चाह पी लो। हाँ जी पी लेने। मैं तुहाड़ा ना डिज्नी हॉटस्टार ऑन कीता माड़ा जिहा। ਕੀ ਲੱਗਾ? ਮੈਚ ਲੱਗਾ ਇੰਡੀਆ ਪਾਕਿਸਤਾਨ ਦਾ। ਉਹ ਮੇਰੇ ਰੇਂਜ ਨਹੀਂ ਆਉਂਦੀ ਉੱਥੇ, ਤਾਂ ਕਰਕੇ ਹੁਣ ਕੀਤਾ ਜੀ। ਚਾਹ ਤਾਂ ਪੀ ਲਓ। ਪੀ ਲੈਣੇ ਪੀ ਲੈਣੇ ਆ, ਜਾਓ। ਤੇ ਬਿਸਕੁਟ ਤਾਂ ਲੈ ਆਓ ਕੁਛ ਨਾਲ ਖਾਣ ਨੂੰ ਵੀ, ਫੇਰ ਹੀ ਅਨਬਾਕਸਿੰਗ ਹੋਣੀ ਆ। ਹਾਂ ਲਿਆ ਦੋ, ਲਿਆ ਦੋ। ਹਾਂ ਮੈਂ ਬਿਸਕਿਟ ਲੈ ਆਈ ਹਾਂ, ਹੁਣ ਚਾਹ ਪੀ ਕੇ ਫਟਾਫਟ ਗਿਫਟ ਖੋਲੀਏ। ਠੀਕ ਹੈ ਜੀ। ਸਿਮਰਨ ਨੇ ਨਾ ਗਲਤ ਟਾਈਮ ਤੇ ਗਲਤ ਦਿਨ ਚੁਣ ਲਿਆ ਗਿਫਟ ਅਨਬਾਕਸਿੰਗ ਦਾ। ਅੱਜ ਲੱਗਾ ਆ ਮੈਚ ਇੰਡੀਆ ਪਾਕਿਸਤਾਨ ਦਾ, ਤੇ ਹੁਣ ਜਿੱਦ ਕਰਦੇ ਪਏ ਆ ਗਿਫਟ ਖੋਲਣੇ, ਗਿਫਟ ਖੋਲਣੇ ਆ। ਮੈਨੂੰ ਸਮਝ ਨਹੀਂ ਆਉਂਦੀ ਕੀ ਕਰੀਏ। ਟਾਸ ਪਾ ਕੇ ਦੇਖ ਲਈਏ, ਟਾਸ ਪਾ ਕੇ ਦੇਖੀਏ। ਰੁਕ ਜਾ, ਚਾਹ ਪੀ ਕੇ ਖੋਲਦੇ। ਠੀਕ ਹੈ, ਪਹਿਲਾਂ ਮੈਂ ਕਰਾਂਗਾ ਆਪਣੀ ਗਿਫਟ ਦੀ ਅਨਬਾਕਸਿੰਗ, ਉਸ ਤੋਂ ਬਾਅਦ ਸਿਮਰਨ ਦੀ ਵਾਰੀ ਆ, ਤੇ ਹੁਣ ਕਰਦੇ ਹਾਂ ਗਿਫਟ ਦੀ ਅਨਬਾਕਸਿੰਗ। ਦੇਖਾ ਖੋਲ ਕੇ ਕੀ ਇਹਦੇ ਵਿੱਚ। ਮੈਨੂੰ ਪਤਾ ਆ ਪਰਫਿਊਮ ਆ, ਹੈ ਨਾ। ਤੁਸੀਂ ਕਹਿੰਦੇ ਸੀਗੇ ਨਾ ਕਿਹੜਾ ਪਰਫਿਊਮ ਲੈਣਾ, ਪਿੱਛੇ ਜੇ ਪੁੱਛਦੇ ਪਏ ਸੀਗੇ ਨਾ। ਪਤਾ ਲੱਗ ਗਿਆ ਆ, ਦੇਖ ਲਓ। ਲੱਗ ਗਿਆ ਪਤਾ ਨੂੰ, ਜਾਂ ਮੇਰੀ ਬੈਲਟ ਟੁੱਟ ਗਈ ਸੀ ਜਦੋਂ ਜਦੋਂ ਅਸੀਂ ਉੱਥੇ ਗਏ ਸੀਗੇ। ਤੁਸੀਂ ਕਹਿੰਦੇ ਸੀ ਬੈਲਟ ਲੈ ਕੇ ਜਾਂਦੇ, ਬੈਲਟ ਹੋ ਸਕਦੀ ਆ। ਹਾਂ ਨਹੀਂ ਯਾਰ, ਇਹ ਤਾਂ ਕੁਛ ਹੋਰ ਹੀ ਲੱਗਦਾ ਮੈਨੂੰ। ਉਹ ਤੁਹਾਡਾ ਹੀ ਭਲਾ ਹੋ ਜੇ, ਇੰਨਾ ਵੱਡਾ ਗਿਫਟ ਸਿਮਰਨ। ਓ ਮਾਈ ਗੋਡ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਵਾਓ, ਨਿਊ ਫੋਨ, ਵਾਓ, ਥੈਂਕ ਯੂ, ਥੈਂਕ ਯੂ। ਸੈਮਸੰਗ ਦਾ? ਹਾਂਜੀ, ਥੈਂਕ ਯੂ। ਬਹੁਤ ਸੋਹਣਾ ਗਿਫਟ ਹੈ ਯਾਰ, ਤੁਸੀਂ ਤਾਂ ਮੈਨੂੰ ਹੈਰਾਨ ਕਰ ਦਿੱਤਾ ਹੈ। ਸਾਰੀ ਐਕਸਪੈਕਟੇਸ਼ਨ ਤੋਂ ਬਿਲਕੁਲ ਪਰੇ ਚੀਜ਼ ਲੈ ਕੇ ਦੇਤੀ। ਮੈਂ ਤਾਂ ਉਹੀ ਪਰਫਿਊਮਾਂ ਪਾਵਾਂ ਤਾਂ ਫਸਿਆ ਸੀਗਾ, ਬੈਲਟਾਂ ਬੁਲਟਾਂ ਤੇ। ਬਹੁਤ ਨਾਈਸ ਹੈ ਯਾਰ, ਥੈਂਕ ਯੂ। ਹੁਣ ਤੁਹਾਡੀ ਵਾਰੀ ਹੈ, ਹਾਂਜੀ ਕਰਦੇ ਨੂੰ ਪਾਸੇ ਸੈੱਟ। ਹੁਣ ਹੈਗੀ ਹੈ ਸਿਮਰਨ ਦੇ ਗਿਫਟ ਦੀ ਵਾਰੀ। ਖੋਲੋ ਹਾਂ ਸਿਮਰਨ। ਯਾਰ ਤੁਹਾਡੇ ਗਿਫਟ ਨੇ ਤਾਂ ਮੈਨੂੰ ਹੈਰਾਨ ਕਰ ਦਿੱਤਾ ਹੈ। ਮੇਰਾ ਤਾਂ ਗਿਫਟ ਨੂੰ ਛੋਟਾ ਛੋਟਾ ਲੱਗਣ ਲੱਗ ਪਿਆ ਉਹਦੇ ਮੂਹਰੇ। ਚਲੋ ਮੇਰਾ ਦੇਖਦੇ ਆ। ਮੈਨੂੰ ਲੱਗਾ ਕੁਛ ਆਈਡੀਆ। ਉਹੀ ਹੋਣਾ ਫੋਟੋ ਫਰੇਮ। ਹਾਂ ਹਾਂ ਫੋਟੋ ਫਰੇਮ ਹੀ ਹੈ ਯਾਰ, ਦੇਖੋ ਤਾਂ ਸਹੀ ਖੋਲ ਕੇ। ਮੈਂ ਤਾਂ ਆਪ ਕਰਦੀ, ਨੀਂਦ ਨਹੀਂ ਆਈ ਰਾਤ ਨਾ। ਕੀ ਹੈ ਇਹਦੇ ਵਿੱਚ? ਤੁਸੀਂ ਨਹੀਂ ਖੋਲਣ ਦਿੱਤਾ, ਨਹੀਂ ਤਾਂ ਮੈਂ ਖੋਲ ਲੈਣਾ ਸੀ। ਅੱਛਾ ਜਿਹੜਾ ਫੋਨ ਦਿੱਤਾ ਇਹ ਬਰਥਡੇ ਗਿਫਟ ਵਿੱਚ ਤਾਂ ਦੇਤਾ? ਬਰਥਡੇ ਗਿਫਟ
हाँ जून च बर्थडे सी ना मेरा जदों हाँ जी हाँ जी तुसी कहंदे सी कि तां मिक्सी है ना कट्ठा ही देता हाँ जी हाँ जी ताई हैवी गिफ्ट दिता है ना हाँ जी ठीक है बहुत वधिया चीज है ये तो मेकअप किट है मेरे ख्याल में हूँ लग गया कैसे ये तो शैली दी है जो मैं बाहर मंगाई थी हाँ बाहर तो चले आना तो क्या सी गाना हाँ वो मेरे नू याद पड़ गया सी तो तुसी हो गए सी नाराज हूँ ने मंगाती हाँ मैं हूँ ने मंगवाई है वाओ ये तो सोनी है वही है शैली दी है हाँ 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 ऑनलाइन ऑर्डर की थी मैं ये मैं कल नहीं मंगवा के रखी है चार पांच दिन हो गए मंगवा के रखी मैं उत्थे पई सी मनीष की दुकान ते हाँ जी हाँ जी उधर मिली नहीं जी इधर मंगाई थी ना हाँ जी हाँ जी ये ऐसा आप कैरी भी कर सकते हैं खोले ये भी खोल जाती है वाओ हाँ जी फिर किमें लगा गिफ्ट बहुत बढ़िया थैंक यू वेलकम नाइस है ना वाओ ये ना ऐसा खोल दे शायद पता नहीं मैं फोटो से देखा जी हाँ ऐसा जितना ऐसा फर्क है ना ट्रेन ये लेकर खोल दो इन्हें और खोल जाती और खोलो ਹੋਰ ਵੀ ਹੈਗੇ ਆ ਵਾਓ ਪਤਾ ਨਹੀਂ ਇਦਾਂ ਹੀ ਖੋਲਦੇ ਸੀ ਯਾਰ ਇਹ ਕਿੱਥੇ ਕਿ ਹੋਰ ਵੀ ਖੁੱਲ ਜਾਂਦਾ ਇਹ ਇਹਨੂੰ ਉਠਾਓ ਇਹ ਵੀ ਉੱਠਾ ਇੱਥੋਂ ਆ ਚੱਕ ਦੋ ਤਾਂ ਨੂੰ ਇਹਨੂੰ ਇਹ ਸ਼ੀਸ਼ਾ ਹੋਣਾ ਆ ਅੱਛਾ ਹਾਂ ਵਾਓ ਆ ਦੇਖ ਲਓ ਜੀ ਸਿਮਰਨ ਦਾ ਗਿਫਟ ਇੱਕ ਇੱਕ ਹੋਰ ਹੈਗਾ ਇੱਥੇ ਇੱਕ ਪਾਰਟ ਹਾਂ ਆ ਵੀ ਹੈਗਾ ਹਾਂ ਹਾਂ ਵਾਓ ਕਿੰਨੀ ਸੋਹਣੀ ਵਧੀਆ ਲੱਗਾ ਨਾ ਹਾਂਜੀ ਭਰਾਵਾ ਤੁਸੀਂ ਉਦੋਂ ਮੇਰਾ ਗਲਾ ਫੜ ਲਿਆ ਜਦੋਂ ਮੈਂ ਬਾਹਰ ਹੋਇਆ ਸੀ ਛੱਡਣਾ ਨਹੀਂ ਤਿੰਨੂੰ ਛੱਡਣਾ ਨਹੀਂ ਤਿੰਨੂੰ ਮੇਰੀ ਕਿੱਟ ਕਿੱਦਾਂ ਭੁੱਲ ਗਏ ਮੈਂ ਕਿਹਾ ਉਹੀ ਮੰਗਵਾ ਦਿੰਦੇ ਹਾਂ ਵਧੀਆ ਖੁਸ਼ ਹੈਪੀ ਹੈਪੀ ਇੱਧਰ ਦੇਖ ਹੈਪੀ ਹੈਪੀ ਪਰ ਤੁਹਾਡਾ ਗਿਫਟ ਜਿਹੜਾ ਨਾ ਇਹਦੇ ਨਾਲ ਮਹਿੰਗਾ ਆ ਠੀਕ ਹੈ ਕੋਈ ਨਹੀਂ ਤੇ ਕਿਉਂਕਿ ਪਰ ਮੇਰੇ ਦੋ ਸੀਗੇ ਨਾ ਕਿ ਬਰਥਡੇ ਦਾ ਵੀ ਸੀਗਾ ਤੇ ਐਨੀਵਰਸਰੀ ਦਾ ਵੀ ਸੀ ਹੈ ਨਾ ਇਕੱਠੇ ਦੇਤੇ ਹਾਂ ਇਕੱਠੇ ਦੇਤੇ ਨਾਈਸ ਹੈ ਹਾਂਜੀ ਚਲੋ ਠੀਕ ਹੈ ਫਿਰ ਹਾਂ ਹਾਂਜੀ ਤੁਹਾਨੂੰ ਕਿਵੇਂ ਦਾ ਲੱਗਾ ਗਿਫਟ ਮੈਨੂੰ ਤਾਂ ਬਹੁਤ ਵਧੀਆ ਲੱਗਾ ਨਹੀਂ ਗਿਫਟ ਵਧੀਆ ਹੀ ਹੈ ਸਾਰਿਆਂ ਨੂੰ ਵਧੀਆ ਲੱਗਾ ਹੋਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਗਿਫਟ ਕਿਵੇਂ ਲੱਗਾ ਕਿਵੇਂ ਦਾ ਲੱਗਾ ਤੇ ਓਬਵੀਅਸਲੀ ਤੁਹਾਨੂੰ ਪਤਾ ਹੀ ਹੈ ਮਹਿੰਗਾ ਗਿਫਟ ਸਿਮਰਨ ਦਾ ਹੀ ਸੀਗਾ ਕਿਉਂਕਿ ਉਹਨਾਂ ਨੇ ਮੈਨੂੰ ਫੋਨ ਦਿੱਤਾ ਆ ਬਟ ਇਹ ਵੀ ਠੀਕ ਠਾਕ ਹੈ ਇਹ ਵੀ ਮਤਲਬ ਕਿ ਮਹਿੰਗਾ ਆ ਹਾਂ ਠੀਕ ਠਾਕ ਹੀ ਹੈ ਪ੍ਰਾਈਸ ਨਹੀਂ ਮੈਂ ਦੱਸਣਾ ਇਹਦਾ ਪਰ ਠੀਕ ਠਾਕ ਹੈ ਇਹ ਵੀ ਤੇ ਅੱਜ ਫਿਰ ਆਪਾਂ ਕੀਤੀ ਗਿਫਟਾਂ ਦੀ ਅਨਬਾਕਸਿੰਗ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਡੀ ਇਸ ਗਿਫਟ ਲਈ ਤੂਤੂ ਮੈਮੈ ਹੋਈ ਸੀ ਜਦੋਂ ਇਹ ਬਾਹਰੋਂ ਆਏ ਸੀਗੇ ਨਹੀਂ ਲੈ ਕੇ ਆਇਆ ਸੀਗਾ ਤਾਂ ਕਰਕੇ ਤੇ ਸਾਡੀ ਤੂਤੂ ਮੈਮ ਹੋ ਗਈ ਮੈਨੂੰ ਕਹਿੰਦੇ ਦੋ ਦਿਨ ਮੇਰੇ ਨਾਲ ਨਾਰਾਜ਼ ਹੋ ਗਏ ਨਹੀਂ ਨਹੀਂ ਮੈਂ ਮੰਗਵਾਈ ਸੀ ਸਪੈਸ਼ਲ ਸੀ ਇੱਦਾਂ ਉੱਦਾਂ ਇਸ ਕਰਕੇ ਤੁਸੀਂ ਲੈ ਕੇ ਨਹੀਂ ਆਏ ਤੇ ਮੈਂ ਕਿਹਾ ਫਾਈਨਲੀ ਮੰਗਵਾ ਦਿੰਦੇ ਇਹਨਾਂ ਨੂੰ ਹੁਣ ਉਹੀ ਕਿੱਟ ਉਹੀ ਆ ਸੇਮ ਜਿਹੜੀ ਤੁਸੀਂ ਕਿਹਾ ਸੀ ਸੋ ਮੱਚ ਵੈਲਕਮ ਤੁਹਾਨੂੰ ਇਹ ਗਿਫਟ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।